ਬਿਗ ਬਰਡ ਜਿਸਨੇ ਸਿੱਧੂ ਮੂਸੇਵਾਲਾ ਦੇ ਨਾਲ ਕੋਲੈਬੋਰੇਸ਼ਨ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਜ਼ਿਆਦਾ ਹਿੱਟ ਗਾਣੇ ਦਿੱਤੇ ਨੇ ਅਤੇ ਹਾਲ ਹੀ ਦੇ ਵਿੱਚ ਅਮਿਤ ਬੜਾਨਾ ਦੇ ਨਾਲ ਵੀ ਬਿਗ ਬਰਡ ਦਾ ਇੱਕ ਗਾਣਾ ਰਿਲੀਜ਼ ਹੋਇਆ ਜਿਸ ਦਾ ਟਾਈਟਲ ਸੀਗਾ ਪਰਿਚੇ। ਇਸ ਗਾਣੇ ਨੇ ਵੀ ਲੋਕਾਂ ਦੇ ਦਿਲਾਂ ਤੇ ਕਾਫੀ ਜ਼ਿਆਦਾ ਰਾਜ ਕੀਤਾ ਔਰ ਹੁਣ ਬਿਗ ਬਰਡ ਆ ਰਹੇ ਨੇ ਜੱਸੜਾਂ ਦੇ ਕਾਕੇ ਯਾਨੀ ਕਿ ਤਰਸੇਮ ਜੱਸੜ ਦੇ ਨਾਲ ਇੱਕ ਨਵਾਂ ਗਾਣਾ ਲੈ ਕੇ ਔਰ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਫੋਟੋ ਅਪਲੋਡ ਕੀਤੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਹੋਇਆ ਬਿਗ ਬਰਡ ਨੇ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਿਆ ਦ ਵਨ ਐਂਡ ਓਨਲੀ ਤਰਸੇਮ ਜੱਸੜ #ਬ੍ਰਾਊਨ ਬੋਇਸ #ਵੇਲੀ ਜਨਤਾ # ਤਰਸੇਮ ਜੱਸੜ ਐਂਡ ਨਾਲ ਹੀ ਲਿਖਦੇ ਨੇ ਹੂ ਇਜ਼ ਐਕਸਾਈਟਿਡ ਫੋਰ ਦਿਸ ਕੋਲੈਬ ਯਾਨੀ ਕਿ ਇਹ ਦੋਨੋਂ ਬਹੁਤ ਹੀ ਜਲਦ ਗਾਣਾ ਲੈ ਕੇ ਆ ਰਹੇ ਨੇ ਅਤੇ ਨਾਲ ਹੀ ਬਿਗ ਬਰਡ ਨੇ ਪੁੱਛਿਆ ਕਿ ਕੌਣ ਕੌਣ ਐਕਸਾਈਟਿਡ ਹੈ ਸਾਡੇ ਦੋਨਾਂ ਦੀ ਕੋਲੈਬੋਰੇਸ਼ਨ ਨੂੰ ਲੈ ਕੇ। ਫਿਲਹਾਲ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਤੁਹਾਨੂੰ ਇਹਨਾਂ ਦੋਨਾਂ ਦੇ ਗਾਣੇ ਦਾ ਕਿੰਨਾ ਕੁ ਇੰਤਜ਼ਾਰ ਹੈ ਅਤੇ ਕਿੰਨੀ ਕੁ ਐਕਸਾਈਟਮੈਂਟ ਹੈ।